ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਸਰਕਾਰੀ ਐਂਬੂਲੈਂਸ ਸੇਵਾ ਨਾ ਮਿਲਣ ਦੇ ਚਲਦਿਆਂ ਇੱਕ ਵਿਅਕਤੀ ਸਬਜ਼ੀ ਵਾਲੀ ਰੇਹੜੀ 'ਤੇ ਹੀ ਆਪਣੇ ਪਿਤਾ ਨੂੰ ਘਰ ਲਿਜਾਂਦਾ ਹੋਇਆ ਦਿਖਾਈ ਦਿੱਤਾ। ਵਿਅਕਤੀ ਨੇ ਕਿਹਾ ਕਿ ਇਹ ਉਸਦੀ ਮਜਬੂਰੀ ਹੈ, ਉਸਦੇ ਕੋਲ ਪ੍ਰਾਈਵੇਟ ਐਂਬੂਲੈਂਸ ਦੇ ਲਈ ਪੈਸੇ ਨਹੀਂ ਹਨ ਅਤੇ ਸਰਕਾਰੀ ਸੁਵਿਧਾ ਉਸਨੂੰ ਨਹੀਂ ਮਿਲੀ ਹੈ, ਜਿਸ ਦੇ ਚਲਦਿਆਂ ਉਹ ਸਬਜ਼ੀ ਵਾਲੀ ਰੇਹੜੀ 'ਤੇ ਹੀ ਆਪਣੇ ਪਿਤਾ ਨੂੰ ਘਰ ਲੈ ਕੇ ਜਾ ਰਿਹਾ। ਦਰਅਸਲ ਇਸ ਵਿਅਕਤੀ ਦਾ ਚੂਕਣਾ ਟੁੱਟ ਗਿਆ ਅਤੇ ਉਸਦਾ ਲੜਕਾ ਸਬਜ਼ੀ ਦਾ ਕੰਮ ਕਰਦਾ ਹੈ। ਉਸਦੇ ਵੱਲੋਂ ਆਪਣੇ ਪਿਤਾ ਨੂੰ ਸਬਜ਼ੀ ਵਾਲੀ ਰੇਹੜੀ 'ਤੇ ਹੀ ਪਾ ਕੇ ਹਸਪਤਾਲ ਲਿਆਂਦਾ ਗਿਆ ਅਤੇ ਉਸਨੂੰ ਵਾਪਸ ਕਰ ਲਿਜਾਂਦਾ ਗਿਆ। ਉਸਨੇ ਕਿਹਾ ਕਿ ਉਸਦੇ ਕੋਲ ਪ੍ਰਾਈਵੇਟ ਐਂਬੂਲੈਂਸ ਦੇ ਲਈ ਪੈਸੇ ਨਹੀਂ ਹਨ, ਜਿਸ ਦੇ ਚਲਦਿਆਂ ਉਹ ਆਪਣੇ ਪਿਤਾ ਨੂੰ ਸਬਜ਼ੀ ਵਾਲੀ ਰੇਹੜੀ 'ਤੇ ਹੀ ਲੈ ਕੇ ਇਲਾਜ ਕਰਵਾ ਰਿਹਾ ਹੈ। ਜਦੋਂ ਇਸ ਬਾਰੇ ਦੇ ਵਿੱਚ DC ਮੈਡਮ ਸਿੰਧੂ ਦੁੱਗਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਹ ਹੁਣੇ ਹੀ ਇਸ ਬਾਰੇ ਦੇ ਵਿੱਚ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਗੱਲਬਾਤ ਕਰਨਗੇ। ਰੇਹੜੀ 'ਚ ਪੈਸੇ ਨਹੀਂ ਹੈਗੇ, ਗਰੀਬ ਬੰਦੇ ਹੈਗੇ ਜੀ, ਕੋਈ ਨਹੀਂ ਲਿਆਂਦਾ, ਨੇੜੇ ਹੀ ਪੈਸੇ ਮੰਗਦੇ ਨੇ, ਕਹਿੰਦੇ ਸੀ 12ਵੀਂ 'ਚ ਬਾਹਰ ਗਏ ਸੀ, ਕਹਿੰਦੇ ਅੱਧੇ ਪੈਸੇ ਲੱਗਦੇ ਨੇ, 400 ਰੁਪਇਆ ਕਹਿੰਦੇ। ਕਿੰਨੇ ਪੈਸੇ ਮੰਗਦੇ ਸੀ? ਬਾਹਰ ਦੇ ਕੋਈ ਕਹਿੰਦੇ ਅੱਧੇ ਪੈਸੇ ਲੱਗਣਗੇ ਜੀ। ਟੁੱਕਣਾ ਟੁੱਟ ਗਿਆ ਸੀ? ਟੁੱਟਿਆ ਕਿਵੇਂ ਸੀ? ਡਿੱਗ ਗਏ ਸੀ। ਕਿਵੇਂ ਡਿੱਗੇ? ਮਤਲਬ ਇੱਕਦਮ ਝਟਕਾ ਖਾ ਕੇ ਡਿੱਗੇ ਸੀ ਘਰੇ? ਹਾਂਜੀ, ਨਾ ਲੈ ਕੇ ਤੇ ਉਹਦੇ 'ਚ ਆਏ ਟੈਂਪੂ 'ਚ। ਅੱਛਾ, ਇਹ ਰੇਹੜੀ ਕਹਿੰਦੀ ਹੈ ਆਪਣੀ? ਤੁਸੀਂ ਕੀ ਕਹੋਗੇ? ਸਬਜ਼ੀ ਦਾ ਕੋਈ ਨਹੀਂ ਸੀ, ਉਹ ਕਹਿੰਦਾ ਪ੍ਰਾਈਵੇਟ ਜਾਵੇਗੀ 400-500 ਲੈਣਗੇ। ਤੁਹਾਡੇ ਕੋਲ ਪੈਸੇ ਹੈ ਨਹੀਂ? ਹਾਂ। ਇਹ ਸਰਕਾਰੀ ਕੋਈ ਪੁੱਛਿਆ ਵੀ ਨਹੀਂ ਕਿ ਮਿਲੀ ਨਹੀਂ? ਸਰਕਾਰੀ ਉਹ ਕਹਿੰਦੇ ਉਹ ਡਾਕਟਰ ਨੇ ਕਹਿੰਦਾ ਉਹ ਬਾਹਰੋਂ ਐਂਬੂਲੈਂਸ ਕਰ, ਪ੍ਰਾਈਵੇਟ ਜਾਵੇਗੀ 400-500 ਲੈਂਦੇ ਨੇ, 300-400 ਰੁਪਏ ਲੈਣਗੇ। ਮੈਨੂੰ ਮੇਰੇ ਧਿਆਨ ਵਿੱਚ ਨਹੀਂ, ਮੈਂ ਦੇਖ ਲੈਂਦੀ ਹਾਂ ਜੀ, ਚੈੱਕ ਕਰਾ ਲੈਂਦੀ ਹਾਂ, ਗੱਲ ਕਰਾਂਗੀ ਜੀ, ਜ਼ਰੂਰ ਹੋਣੀ ਇਸੇ ਮੁਸਾਬਲੇ ਨਾਲ ਹੁਣੀ ਗੱਲ ਕਰਾਂਗੀ।